ਹਾਏ ਗਾਈਜ਼ ਮੈਂ ਫਤਾਬ ਫਿਚਾਲੇ ਤੁਹਾਡੇ ਵਾਸਤੇ ਦੋ ਨਵੀਆਂ ਨਿਊਜ਼ਾਂ ਲੈ ਕੇ ਆਇਆ ਦੋ ਨਵੇਂ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜਿਹੜੇ ਮਾਚੂ ਵਿੱਚ ਅਪਲਾਈ ਹੋ ਰਹੇ ਨੇ ਉਹਨਾਂ ਵਿੱਚੋਂ ਜਿਹੜਾ ਇੱਕ ਹੈ ਉਹ ਹੈ ਇੱਕ ਜਿਹੜੇ ਲੋਕੀ ਕੋਲਫ ਜਾਂ ਬਦਾਨ ਤੇ ਕੋਲਫ ਜਾਂ ਬਦਾਨ ਤੇ ਦਾ ਕੰਮ ਕਰਦੇ ਸੀ ਉਹ 400 ਤੋਂ 600 ਯੂਰੋ ਤੱਕ ਦਾ ਬੋਨਸ ਲੈ ਸਕਦੇ ਨੇ ਇਹਦੇ ਵਿੱਚ ਸਾਰੇ ਹੀ ਲੋਕੀ ਆ ਜਾਂਦੇ ਨੇ ਜਿਹੜੇ ਲੋਕੀ ਜਿਨ੍ਹਾਂ ਦਾ ਡੋਮੈਸਟਿਕ ਕੰਟਰੈਕਟ ਹੈ ਉਹ ਲੋਕੀ ਵੀ ਇਹਦੇ ਚ ਆ ਜਾਂਦੇ ਨੇ ਕਿਉਂਕਿ ਸਾਡੇ ਕਾਫੀ ਲੋਕਾਂ ਦਾ ਡੋਮੈਸਟਿਕ ਕੰਟਰੈਕਟ ਹੁੰਦਾ ਵਾ ਠੀਕ ਹੈ ਜੀ ਜਿਹਨਾਂ ਲੋਕਾਂ ਦਾ ਡੋਮੈਸਟਿਕ ਕੰਟਰੈਕਟ ਹੈ ਉਹ لازਮੀ ਐ ਬੋਨਸ ਨੂੰ ਅਪਲਾਈ ਕਰਿਓ ਠੀਕ ਹੈ ਜੀ 400 ਤੋਂ 600 ਤੱਕ ਉਹ ਡਿਪੈਂਡ ਕਰਦਾ ਤੁਹਾਡੇ ਜਿਹੜਾ ਨਾ ਤੁਹਾਡੀ ਤਨਖਾਹ ਉੱਤੇ ਤੁਹਾਡੇ ਸਿਸਟਮ ਉੱਤੇ ਠੀਕ ਹੈ ਜੀ ਬਰਹਾਲ ਕਮਸ ਕਮ 400 ਵਾ ਤੇ ਮੈਕਸਿਮਮ ਜਿਹੜਾ ਉਹ 600 ਵਾ ਉਸ ਤੋਂ ਬਾਅਦ ਜਿਹੜਾ ਦੂਸਰਾ ਨੋਟੀਫਿਕੇਸ਼ਨ ਹੈ ਉਹ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕੀ ਪੈਨਸ਼ਨ ਲੈਂਦੇ ਪੈਣਾ ਬਰਹਾਲ ਸਾਡੇ ਲੋਕੀ ਜਿਹੜੇ ਬਹੁਤ ਘੱਟ ਹੁੰਦੇ ਨੇ ਪੈਨਸ਼ਨ ਦੇ ਵਿੱਚ ਚਲੋ ਜਿਹੜੇ ਹੈ ਨੇ ਜਿਹੜੇ ਲੋਕੀ ਸਾਡੇ ਪੈਨਸ਼ਨ ਦੇ ਵਿੱਚ ਨੇ ਉਹਨਾਂ ਨੂੰ ਜੇ 100 200 300 ਮਤਲਬ ਜਿੰਨੇ ਵੀ ਪੈਨਸ਼ਨ ਉਹਨਾਂ ਨੂੰ ਮਿਲਦੀ ਪਈ ਸੀ ਪਹਿਲਾਂ ਹੁਣ ਉਹਨਾਂ ਨੂੰ ਇਸ ਮਹੀਨੇ ਮਾਚ ਵਿੱਚ 1000 ਯੂਰੋ ਪੈਨਸ਼ਨ ਮਿਲੇਗੀ ਠੀਕ ਹੈ ਜੀ ਜਿਹੜਾ ਪੈਨਸ਼ਨ ਦਾ ਦਮਾਂਦਾ ਜਿਹੜਾ ਉਹ ਤੁਸੀਂ ਕਿਤੇ ਨਹੀਂ ਕਰਨਾ ਆਟੋਮੈਟਿਕ ਹੀ ਤੁਹਾਡੇ ਅਕਾਊਂਟ ਵਿੱਚ ਜਿਹੜਾ ਉਹ ਹਜ਼ਾਰ ਜੁਰਮ ਆਈਏਗਾ ਠੀਕ ਹੈ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਜਾਂ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਜੀ ਬਰਹਾਲ ਜਿਹੜੇ ਦੂਜੇ ਲੋਕੀ ਨੇ ਕੋਲਫ ਤੇ ਬਦਾਨ ਤੇ ਵਾਲੇ ਉਹ ਦਮੰਦਾ ਕਰਨਗੇ ਠੀਕ ਹੈ ਜੀ ਇਹ ਦਮੰਦਾ ਤੁਸੀਂ ਕਾਫ ਵਾਲਿਆਂ ਕੋਲ ਜਾ ਕੇ ਕਰ ਸਕਦੇ ਹੋ ਤੁਸੀਂ ਚੀਜੀਆ ਵਾਲਿਆਂ ਕੋਲ ਜਾ ਕੇ ਕਰ ਸਕਦੇ ਹੋ ਤੇ ਪੈਨਸ਼ਨ ਵਾਲਿਆਂ ਨੂੰ ਕੋਈ ਲੋੜ ਨਹੀਂ ਹੈ ਠੀਕ ਹੈ ਜੀ ਤੇ ਹੋਰ ਵੀ ਇੱਕ ਦੋ ਨੋਟੀਫਿਕੇਸ਼ਨ ਨਮਾ ਹੈ ਵਾ ਉਹ ਮੈਂ ਹੁਣ ਨੈਕਸਟ ਵੀਡੀਓ ਬਣਾ ਕੇ ਅਪਲੋਡ ਕਰਨਾ ਵਾਂ ਤਾਂ ਤੋਂ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਏ ਤੇ ਕਮੈਂਟਸ ਲਾਈਕ ਤੇ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤੇ ਫੇਸਬੁੱਕ ਉੱਤੇ ਲਾਜ਼ਮੀ ਸ਼ੇਅਰ ਕਰਿਓ ਦੋਸਤਾਂ ਵਿੱਚ ਗ੍ਰੇਸੇ